ਅਤੇ ਉਹਨਾਂ ਨੇ ਫਿਰ ਮੇਰੇ ਵੱਲ ਇੱਦਾਂ ਕਰਕੇ ਨਾ, ਜਦੋਂ ਮੈਂ ਜਾ ਨਹੀਂ ਦੇ, ਮੈਂ ਕਿਹਾ ਮੈਂ ਨਹੀਂ ਜਾਂਦੀ, ਮੈਂ ਕਿਹਾ ਅਸੀਂ ਵੀ ਕੁੜੀਆਂ ਹਾਂ, ਅਸੀਂ ਵੀ ਕੰਮ ਕਰਦੇ ਹਾਂ, ਤੁਸੀਂ ਸ਼ਾਇਦ ਵੀਡੀਓ 'ਚ ਵੀ ਸੁਣਿਆ ਹੋਣਾ, ਮੈਂ ਇਹ ਕਹਿ ਰਹੀ ਹਾਂ। ਫਿਰ ਉਹ ਉਹਦੇ ਵੱਲੋਂ ਮੈਂ ਗਲਾਸ ਮਾਰਿਆ ਮੇਰੇ, ਅਤੇ ਉਹਨਾਂ ਦੀ ਇਹ ਗਰਾਰੀ ਸੀ, ਮੈਂ ਕਿਹਾ ਕਿ ਦੇਖੋ ਮੈਂ ਨੀਚੇ ਨਹੀਂ ਆਉਣਾ ਹੈਗਾ। ਕਹਿੰਦਾ ਚੱਲ ਠੀਕ ਹੈ ਜਾ ਤੂੰ। ਬਦਸਲੂਕੀ 'ਚ ਹੀ ਦੇਣਾ ਸੀ, ਮੈਂ ਗਾਲ ਨਹੀਂ ਕੱਢਣੀ ਸੀ। ਗਾਲ ਕੱਢਣ ਦੀ ਮੇਰੀ ਮਜਬੂਰੀ ਬਣ ਗਈ ਕਿਉਂਕਿ ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਸੀ ਜਦੋਂ ਮੈਂ ਜੁੱਤੀਆਂ ਐਵੇਂ ਐਵੇਂ ਲਾਉਂਦੀ ਪਈਆਂ। ਉੱਥੇ ਫਿਰ ਮੇਰੇ ਅੰਦਰੋਂ ਗਾਲਾਂ ਹੀ ਨਿਕਲੀਆਂ ਕਿਉਂਕਿ ਉੱਥੇ ਮੇਰੇ ਹੱਥ ਫੜੇ ਹੋਏ ਸੀ। ਅਤੇ ਫਿਰ ਮੈਂ ਉਹ ਵੀਡੀਓ ਚੱਕ ਕੇ ਉਹਦਾ ਰਿਪਲਾਈ ਆਪਦੀ ਇੰਸਟਾ ਸਟੋਰੀ 'ਤੇ ਪਾਇਆ ਕਿ ਇੱਜ਼ਤ ਕਰੂੰਗੇ ਤਾਂ ਕਰਾਉਂਗੇ, ਨਹੀਂ ਤਾਂ ਫਿਰ ਇੱਦਾਂ ਗਾਲਾਂ ਹੀ ਖਾਉਂਗੇ। ਕਹਿੰਦੇ ਨੇ ਕਿ ਮਹਿਲਾ ਮਮਤਾ ਦੀ ਮੂਰਤ ਹੁੰਦੀ ਹੈ, ਪਿਆਰ ਦੀ ਦੇਵੀ ਹੁੰਦੀ ਹੈ, ਪਰ ਹਾਂ ਜਦੋਂ ਇੱਜ਼ਤ 'ਤੇ ਆ ਜਾਵੇ ਤਾਂ ਫਿਰ ਦੁਰਗਾ ਵੀ ਹੁੰਦੀ ਹੈ। ਇਹੀ ਚੀਜ਼ ਨੂੰ ਦੇਖਦੇ ਹੋਏ ਬੀਤੇ ਦਿਨ ਲੁਧਿਆਣਾ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਇੱਕ ਔਰਕੈਸਟਰਾ ਲਾਈਨ ਤੋਂ ਜੁੜੀ ਹੋਈ ਮਹਿਲਾ ਦੀ, ਜਿਹੜੇ ਕਿ ਡਾਂਸਰ ਸੀਗੇ ਔਰ ਉਹ ਪਰਫੋਰਮ ਕਰ ਰਹੇ ਸੀ, ਅਤੇ ਉਸੇ ਦੌਰਾਨ ਉਹਨਾਂ ਦਾ ਉਹਨਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ, ਔਰ ਉਹਨਾਂ ਪੱਖੋਂ ਵੀ ਫਿਰ ਇੱਕ ਦੁਰਗਾ ਰੂਪ ਦਿਖਾਉਂਦੇ ਹੋਏ ਉਹਨਾਂ ਨੂੰ ਇੱਕ ਜਵਾਬ ਦਿੱਤਾ ਜਾਂਦਾ ਹੈ, ਜਿਹੜੇ ਕਿ ਉਹਨਾਂ ਨਾਲ ਬਦਸਲੂਕੀ ਕਰਦੇ ਨੇ। ਮਹਿਲਾ ਮੇਰੇ ਮੌਜੂਦ ਨੇ, ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ। ਮੈਮ, ਸਭ ਤੋਂ ਪਹਿਲਾਂ ਤੁਹਾਡਾ ਅਸੀਂ ਨਾਮ ਜਾਣਨਾ ਚਾਹਾਂਗੇ। ਹਾਂਜੀ ਜੀ, ਮੇਰਾ ਨਾਮ ਹੈਗਾ ਜੀ ਸਿਮਰਨਜੀਤ ਕੌਰ ਫੁੱਲ, ਅਤੇ ਇਸ ਇੰਡਸਟਰੀ 'ਚ ਮੈਨੂੰ ਸਿਮਰ ਸੰਧੂ ਦੇ ਨਾਮ ਤੋਂ ਜਾਣਦੇ ਆ। ਹਾਂਜੀ ਜੀ। ਅੱਛਾ ਸਿਮਰ, ਮੈਨੂੰ ਕੀ ਮਾਮਲਾ ਸੀ, ਕਿਉਂਕਿ ਸਭ ਤੋਂ ਪਹਿਲਾਂ ਅਸੀਂ ਮਾਮਲਾ ਜਾਣਨਾ ਚਾਹਾਂਗੇ, ਇਹ ਹੋਇਆ ਕਿੱਦਾਂ, ਕਿਵੇਂ ਹੋਇਆ, ਕਿਉਂਕਿ ਇੱਕ ਮਹਿਲਾ ਦੀ ਨਾਲ ਬਦਸਲੂਕੀ ਕੀਤੀ ਗਈ ਹੈ, ਕਿਤੇ ਨਾ ਕਿਤੇ ਦੇਵੀ ਮੰਨੀ ਜਾਂਦੀ ਹੈ, ਮਾਂ ਮਮਤਾ ਦਾ ਮੂਰਤ ਮੰਨੀ ਜਾਂਦੀ ਹੈ, ਮਾਂ ਨੂੰ ਮੰਨਿਆ ਜਾਂਦਾ ਹੈ, ਔਰ ਇੱਕ ਤੁਸੀਂ ਬੇਸ਼ੱਕ ਡਾਂਸਰ ਹੋ, ਡਾਂਸ ਕਰਦੇ ਹੋ, ਪਰਫੋਰਮ ਕਰਦੇ ਹੋ, ਲੋਕਾਂ ਦਾ ਇੰਟਰਟੇਨਮੈਂਟ ਕਰਦੇ ਹੋ, ਪਰ ਕਿਸੇ ਨੂੰ ਇਹ ਹੱਕ ਨਹੀਂ ਹੈ ਕਿ ਤੁਹਾਡੇ ਨਾਲ ਬਦਸਲੂਕੀ ਕੀਤੀ ਜਾਵੇ। ਬਿਲਕੁਲ ਜੀ, ਕਿਸੇ ਨੂੰ ਕੋਈ ਹੱਕ ਨਹੀਂ ਹੈਗਾ ਇੱਦਾਂ ਬੋਲਣ ਦਾ ਕਿ ਭਾਈ ਤੂੰ ਡਾਂਸਰ ਹੈ ਫਲਾਣੀ ਹੈ। ਚਲੋ ਠੀਕ ਆ, ਆਪਾਂ ਡਾਂਸਰ ਹੈ, ਆਪਾਂ ਮੁੱਕਰਦੇ ਨਹੀਂ ਹੈਗੇ, ਆਪਾਂ ਡਾਂਸ ਕਰਦੇ ਹਾਂ, ਡਾਂਸਰ ਹੈ, ਪਰ ਆਪਾਂ ਪ੍ਰੋਸਟੀਟਿਊਟ ਨਹੀਂ ਆ। ਮੇਰਾ ਮੁੱਦਾ ਇਹੀ ਆ ਕਿ ਤੁਸੀਂ ਡਾਂਸਰ ਅਤੇ ਪ੍ਰੋਸਟੀਟਿਊਸ਼ਨ ਨੂੰ ਮਿਕਸ ਕਰਦੇ ਹੋ, ਅਤੇ ਤੁਸੀਂ ਸਾਡੇ ਨਾਲ ਆਰਟਿਸਟ ਨਾਲ, ਜਿਹੜੇ ਛੋਟੇ ਆਰਟਿਸਟ ਨੇ, ਜਿਹੜੇ ਆਰਕੈਸਟਰਾ ਦੇ ਆਰਟਿਸਟ ਨੇ, ਉਹਨਾਂ ਨੂੰ ਤੁਸੀਂ ਕੰਪੇਅਰ ਕਰਦੇ ਹੋ ਐਜ਼ ਅ ਕਾਲ ਗਰਲਸ ਦੇ ਨਾਲ, ਠੀਕ ਆ, ਅਤੇ ਤੁਸੀਂ ਉਸੇ ਤਰੀਕੇ ਨਾਲ ਅਗਲੇ ਨੂੰ ਟ੍ਰੀਟ ਕਿਉਂ ਕਰਦੇ ਹੋ ਕਿ ਤੂੰ ਕਹਿੰਦਾ ਇੱਥੇ ਆ, ਉੱਥੇ ਆ, ਐਂ ਜਾ, ਹੈ ਨਾ। ਤੁਸੀਂ ਪੇਮੈਂਟ ਕਰਤੀ ਆ, ਚਲੋ ਠੀਕ ਆ ਜੀ, ਤੁਸੀਂ ਪੇਮੈਂਟ ਸਾਨੂੰ ਕਰਤੀ ਆ, ਤੁਸੀਂ ਸਾਨੂੰ ਡਾਂਸ ਪਰਫੋਰਮ ਦੀ ਪੇਮੈਂਟ ਦਿੱਤੀ ਆ, ਤਾਂ ਜੋ ਅਸੀਂ ਸਟੇਜ 'ਤੇ ਤੁਹਾਨੂੰ ਇੱਕ ਐਜ਼ ਅ ਡਿਸਪਲੇ ਡਾਂਸ ਲਾਈਵ ਦਿਖਾਈਏ, ਠੀਕ ਹੈ। ਤੁਸੀਂ ਨੀਚੇ ਬੈਠੇ ਹੋ, ਤੁਸੀਂ ਕੁਰਸੀਆਂ 'ਤੇ ਬੈਠ ਕੇ ਪਹਿਲਾਂ ਦੇਖਦੇ ਹੋ, ਬਾਅਦ 'ਚ ਤੁਸੀਂ ਉੱਠ ਕੇ ਜ਼ਰੂਰ ਡਾਂਸ ਕਰਦੇ ਹੋ। ਚਲੋ ਬੜੇ ਲੋਕ ਡਾਂਸ ਕਰਦੇ ਨੇ, ਸਾਡੇ ਨਾਲ ਫਰੈਂਕਲੀ ਬਹੁਤ ਵਧੀਆ ਤਰੀਕੇ ਨਾਲ, ਇੱਜ਼ਤ ਨਾਲ ਗੱਲ ਵੀ ਕਰਦੇ ਨੇ, ਬਹੁਤ ਪਿਆਰ ਵੀ ਦਿੰਦੇ ਨੇ, ਲੇਡੀਜ਼ ਬਹੁਤ ਪਿਆਰ ਕਰਦੀਆਂ ਨੇ, ਹੈ ਨਾ। ਅਤੇ ਆਹ ਪਹਿਲਾਂ ਕੋਈ ਚਾਂਸ ਸੀਗਾ ਜਿੱਥੇ ਬੰਦੇ ਨੇ ਮੇਰੇ ਮਤਲਬ ਗਲਾਸ ਹੀ ਮਾਰਤਾ ਸਿੱਧਾ, ਹੈ ਨਾ। ਪਰ ਉਹੀ ਅਸੀਂ ਜਾਣਨਾ ਚਾਹੁੰਦੇ ਕਿ ਇਹ ਹੋਇਆ ਕਿੱਥੇ ਹੈ, ਔਰ ਤੁਸੀਂ ਕਿਹਦੇ ਕਿਹੜੇ ਗਰੁੱਪ ਦੇ ਨਾਲ ਗਏ ਸੀ, ਔਰ ਇਹ ਸਟਾਰਟਿੰਗ ਕਿੱਦਾਂ ਹੋਈ ਜੀ? ਮੈਨੂੰ ਇਹ ਸ਼ੋਅ ਲਿਖਾਇਆ ਜਾਂਦਾ ਵਾ ਕਾਫੀ 3-4 ਇੱਕ ਮਹੀਨੇ ਤੋਂ ਪਹਿਲਾਂ ਹੀ ਮੇਰੇ ਖਿਆਲ ਨਾਲ ਇੱਕ ਸ਼ੋਅ ਲਿਖਾਇਆ ਜਾਂਦਾ ਐਜ਼ ਅ ਫੋਨ 'ਤੇ ਮੇਰੇ ਮੈਨੇਜਰ ਦੇ ਥਰੂ, ਅਤੇ ਉਹ ਫਿਰ ਮੈਨੂੰ ਕਹਿੰਦਾ ਹੈ ਕਿ ਇਸ ਤਰੀਕ ਦਾ ਸ਼ੋਅ ਆ। ਓਕੇ, ਅਸੀਂ ਪਹਿਲਾਂ ਵੀ ਆਪਾਂ ਸ਼ੋਅ ਲਾਉਂਦੇ ਹਾਂ, ਕੋਈ ਦਿੱਕਤ ਆਉਂਦੀ ਨਹੀਂ, ਹੈ ਨਾ। ਆਪਾਂ ਗਏ ਹਾਂ, ਚੰਗਾ ਪਹਿਲਾਂ ਸ਼ੋਅ ਚੱਲਿਆ ਵੀ ਆ, ਮੈਂ, ਹੈ ਨਾ, ਮੈਂ ਲਾਈਵ ਦੇ ਵਿੱਚ ਵੀ ਉਹ ਦਿਖਾਈ ਸੀ ਨਾ ਵੀਡੀਓ, ਕਿ ਵਧੀਆ ਸ਼ੋਅ, ਉਹੀ ਸ਼ੋਅ ਸੀਗਾ ਜਿਸ 'ਚ ਮੈਂ ਡਾਂਸ ਕਰ ਰਹੀ ਹਾਂ, ਵਧੀਆ ਚੱਲ ਰਿਹਾ ਸੀ। ਲਾਸਟ ਦੇ ਵਿੱਚ ਉਹਨਾਂ ਦੀ ਗਰਾਰੀ ਇਹ ਸੀ ਕਿ ਇਹ ਨੀਚੇ ਆ ਕੇ ਡਾਂਸ ਕਰੇ, ਠੀਕ ਹੈ, ਸਮਰਾਲੇ ਗੇਲ ਰਿਜ਼ੋਰਟ ਦੇ ਵਿੱਚ, ਠੀਕ ਹੈ। ਅਤੇ ਉਹਨਾਂ ਦੀ ਇਹ ਗਰਾਰੀ ਸੀ, ਮੈਂ ਕਿਹਾ ਕਿ ਦੇਖੋ ਮੈਂ ਨੀਚੇ ਨਹੀਂ ਆਉਣਾ ਹੈਗਾ। ਕਹਿੰਦਾ ਚੱਲ ਠੀਕ ਹੈ ਜਾ ਤੂੰ, ਹੈ ਨਾ।
ਅਤੇ ਮੈਂ ਅੱਛਾ ਮੈਂ ਉਸ ਇਸ ਗੱਲ ਹੋਣ ਤੋਂ ਪਹਿਲਾਂ ਇੱਕ ਉਹਨਾਂ ਨੇ ਗਾਣਾ ਲਾਇਆ ਸੀਗਾ ਕਿ ਚੱਕ ਲੈਣਗੇ ਹੈ ਨਾ ਇੱਦਾਂ ਉੱਦਾਂ ਹੈ ਨਾ, ਅਤੇ ਮੈਂ ਸਿਰਫ ਇੱਕ ਬੋਲੀ ਪਾ ਦਿੱਤੀ ਕਿ ਅਸੀਂ ਵੀ ਤਾਂ ਜੱਟਾਂ ਦੀ, ਮੈਂ ਵੀ ਤਾਂ ਜੱਟਾਂ ਦੀ ਕੁੜੀ, ਇੱਦਾਂ ਕਿੱਦਾਂ ਚੱਕ ਲਉਂਗੇ। ਅਤੇ ਉਹ ਇੱਕ ਹਾਸਾ ਮਖੌਲ ਹੁੰਦਾ ਹੈ ਨਾ, ਵਿਆਹ ਸ਼ਾਦੀਆਂ 'ਚ ਚੱਲਦਾ ਕੀ ਆ, ਚੁਗਲਬੰਦੀਆਂ ਵਿਆਹ ਸ਼ਾਦੀ 'ਚ ਚੱਲਦੀਆਂ ਨਾ। ਹੁਣ ਜੇ ਆਪਾਂ ਲੇਡੀ ਸੰਗੀਤ ਅਤੇ ਲੇਡੀਜ਼ ਇੰਨੀਆਂ ਗੰਦੀਆਂ ਬੋਲੀਆਂ ਪਾਉਂਦੀਆਂ ਨੇ ਇੱਕ ਦੂਜੇ ਦੇ ਨਾਲ, ਅਤੇ ਉਹਦੇ ਵਿੱਚ ਜੇ ਬੰਦੇ ਇੱਕ ਉਹਦਾ ਹਸਬੈਂਡ ਗੁੱਸਾ ਕਰਨ ਲੱਗ ਜਾਵੇ, ਫਿਰ ਤਾਂ ਰੋਜ਼ ਘਟਾਪਾ ਹੋਵੇ। ਤੁਸੀਂ ਵਿਆਹ ਦੀ ਚੀਜ਼ ਨੂੰ ਵਿਆਹ ਦੇ ਵਿੱਚ ਰੱਖੋ ਨਾ, ਸਮਝੋ ਕਿ ਆਪਾਂ ਵਿਆਹ 'ਤੇ ਆਏ ਹਾਂ। ਚੁਗਲਬੰਦੀਆਂ, ਹਾਸਾ ਮਖੌਲ, ਜੀਜੇ ਸਾਲੀ ਦੇ, ਇਹ ਚੀਜ਼ਾਂ ਆਪਣੇ ਪੁਸ਼ਤਾਂ ਤੋਂ ਚੱਲਦੀਆਂ ਆ ਰਹੀਆਂ ਨੇ, ਠੀਕ ਆ। ਚਲੋ ਉਹ ਗੱਲ ਛੱਡੋ। ਉਹ ਫਿਰ ਮੈਨੂੰ ਕਹਿੰਦੇ ਤੂੰ ਨੀਚੇ ਆ, ਅਤੇ ਮੈਂ ਨਾ ਜਦੋਂ ਆ ਮੈਂ ਮਾਈਕ 'ਚ ਬੋਲਿਆ, ਮੈਨੂੰ ਕਹਿੰਦੇ ਜਾ, ਮੈਂ ਵਾਪਸ ਚਲੀ ਜਾਂਦੀ ਹਾਂ ਜੀ, ਵਾਪਸ ਚਲੀ ਜਾਂਦੀ ਹਾਂ। ਫਿਰ ਮੈਨੂੰ ਆਉਂਦੇ ਆ ਵਾਪਸ, ਔਰਗਨਾਈਜ਼ਰ ਕਹਿੰਦਾ ਤੁਹਾਨੂੰ ਬੁਲਾ ਰਹੇ ਨੇ ਸਟੇਜ 'ਤੇ। ਮੈਂ ਕਿਹਾ ਚਲੋ ਠੀਕ ਹੈ, ਮੈਂ ਜਾਂਦੀ ਹਾਂ। ਮੈਂ ਗਈ ਹਾਂ ਉੱਥੇ ਖੜ੍ਹੀ ਹਾਂ, ਅਤੇ ਮੈਂ ਕਿਹਾ ਮੈਂ ਡਾਂਸ ਆਪਣਾ ਕਰ ਦਿਆ, ਤਾਂ ਡੀ ਜੇ ਚੱਲ ਹੀ ਰਿਹਾ ਸੀਗਾ ਹੈ ਨਾ। ਇਹ ਜਦੋਂ ਵੀਡੀਓ ਵਾਇਰਲ ਜਿਹੜੀ ਹੋਈ ਆ ਉਹ ਕੱਟ ਆਫ ਹੋ ਕੇ ਹੋਈ ਆ ਕਿ ਜਿਹ 'ਚ ਸਿਰਫ ਮੈਂ ਹੀ, ਮੇਰੀ ਹੀ ਇਮੇਜ ਗਿਰਾਈ ਜਾਵੇ ਹੈ ਨਾ। ਅਤੇ ਉਹ ਉਸ ਟਾਈਮ 'ਤੇ ਇੱਦਾਂ ਦਾ ਬੋਲਦੇ ਪਏ ਆ। ਉਹ ਤਾਂ ਸ਼ੁਕਰ ਆ ਕਿ ਉਹ ਵੀ ਵੀਡੀਓ ਆ ਗਈ ਜਿਹ 'ਚ ਉਹਨੇ ਗਲਾਸ ਮਾਰਿਆ ਹੈ ਨਾ, ਨਹੀਂ ਤਾਂ ਇਹਨਾਂ ਨੇ ਮੇਰੇ ਲੱਖ ਲਾਂਤਾਂ ਪਾਣੀਆਂ ਸੀ। ਅਤੇ ਉਸ ਤੋਂ ਬਾਅਦ ਜੀ ਇਹਨਾਂ ਨੇ ਕੀ ਕੀਤਾ ਕਿ ਮੈਨੂੰ ਕਹਿੰਦੇ ਨੀਚੇ ਆ। ਮੈਂ ਕਿਹਾ ਮੈਂ ਨੀਚੇ ਨਹੀਂ ਆ ਸਕਦੀ ਹੈ ਨਾ, ਹਰ ਇੱਕ ਆਰਟਿਸਟ ਦੀ ਆਪਦੀ ਆਪਦੀ ਮਰਜ਼ੀ ਹੁੰਦੀ ਹੈ। ਜੇ ਮੈਨੂੰ ਲੇਡੀਜ਼ ਕਹਿੰਦੀਆਂ ਪਿਆਰ ਨਾਲ ਤਾਂ ਮੈਂ ਚੱਲ ਵੀ ਜਾਣਾ ਸੀ, ਪਰ ਇਸ ਟਾਈਮ ਮੈਨੂੰ ਪਤਾ ਵਾ ਕਿ ਸਿਚੁਏਸ਼ਨ ਕੀ ਆ, ਕਿ ਇਕੱਲੇ ਮੁੰਡੇ ਨੇ ਹੈ ਨਾ, ਉਹਨਾਂ ਨੇ ਡਰਿੰਕ ਕੀਤੀ ਹੋਈ ਆ, ਉਹ ਮੇਰਾ ਉੱਥੇ ਹੱਥ ਬਾਂਹ ਫੜ ਲੈਂਦੇ, ਅਤੇ ਫਿਰ ਮੈਂ ਕਿਹਨੂੰ ਕਹਿਣਾ ਸੀ, ਠੀਕ ਹੈ ਨਾ। ਫਿਰ ਤੁਸੀਂ ਕਹਿਣਾ ਸੀ ਆਪਦੀ ਮਰਜ਼ੀ ਨਾਲ ਗਈ ਆ, ਅਸੀਂ ਕਿਹਾ ਸੀ ਇਹਨੂੰ ਨੀਚੇ ਜਾਣ। ਫਿਰ ਇਹਨਾਂ ਨੇ ਇਹ ਗੱਲ ਕਹਿਣੀ ਸੀ, ਠੀਕ ਆ। ਚਲੋ ਜੀ ਮੈਂ ਆਪਣਾ ਪਰਫੋਰਮ ਕਰਨ ਲੱਗਦੀ ਹਾਂ, ਅਤੇ ਉਹ ਮੁੰਡਾ ਕਹਿੰਦਾ ਚੱਲ ਚੱਲ ਤੂੰ ਨੀਚੇ ਚੱਲ। ਫਿਰ ਮੈਨੂੰ ਆਪਦੀ ਇੱਦਾਂ ਲੱਗਿਆ ਕਿ ਡਿਸਰਿਸਪੈਕਟ ਜੀ ਹੋ ਰਹੀ ਆ ਹੁਣ, ਤਾਂ ਜ਼ਿਆਦਾ ਹੋ ਰਿਹਾ ਆ। ਅਤੇ ਉਹਨਾਂ ਨੇ ਫਿਰ ਮੇਰੇ ਵੱਲ ਇੱਦਾਂ ਕਰਕੇ ਨਾ, ਜਦੋਂ ਮੈਂ ਜਾ ਨਹੀਂ ਦੇ, ਮੈਂ ਕਿਹਾ ਮੈਂ ਨਹੀਂ ਜਾਂਦੀ, ਮੈਂ ਕਿਹਾ ਅਸੀਂ ਵੀ ਕੁੜੀਆਂ ਹਾਂ, ਅਸੀਂ ਵੀ ਕੰਮ ਕਰਦੇ ਹਾਂ, ਤੁਸੀਂ ਸ਼ਾਇਦ ਵੀਡੀਓ 'ਚ ਵੀ ਸੁਣਿਆ ਹੋਣਾ, ਮੈਂ ਇਹ ਕਹਿ ਰਹੀ ਹਾਂ। ਫਿਰ ਉਹ ਉਹਦੇ ਵੱਲੋਂ ਮੇਰੇ ਗਲਾਸ ਮਾਰਿਆ, ਮੇਰੇ ਮੁੰਡੇ ਵੱਲੋਂ ਹੈ ਨਾ, ਅਤੇ ਗਲਾਸ ਮਾਰਿਆ, ਉਹ ਉਹਨਾਂ ਨੇ ਮੇਰੇ ਹੱਥ ਫੜ ਲਏ। ਜਿਹੜਾ ਇਹਨਾਂ ਨੇ ਕਿਹਾ ਨਾ ਕਿ ਬਦਸਲੂਕੀ ਵਗੈਰਾ, ਜਿਹੜੇ ਮੈਂ ਅਪਸ਼ਬਦ ਕੁੜੀ ਨੂੰ ਸੂਟ ਨਹੀਂ ਕਰਦੇ, ਕੁੜੀ ਨੂੰ ਇੱਦਾਂ ਬੋਲਣਾ ਨਹੀਂ ਚਾਹੀਦਾ। ਕੁੜੀ ਨੇ ਸੱਚੀ ਨਹੀਂ ਸੀ ਬੋਲਣੇ ਉਹ ਲਫ਼ਜ਼, ਕਿਉਂਕਿ ਮੇਰੇ ਮਾਂ ਪਿਓ ਨੇ ਵੀ ਦੇਖੀ ਹੋਣੀ ਉਹ ਵੀਡੀਓ, ਮੈਂ ਨਹੀਂ ਬੋਲਣੇ ਸੀ। ਸਾਡਾ ਕੰਮ ਮੂੰਹ 'ਚ ਬੋਲਣਾ ਨਹੀਂ ਆ। ਮੈਂ ਐਕਚੁਅਲ 'ਚ ਉਹ ਗਲਾਸ ਚੱਕ ਕੇ ਉਹਦੇ ਮਾਰਨ ਲੱਗੀ ਸੀ, ਜਦੋਂ ਉਹ ਮੈਨੂੰ ਫੜ ਕੇ ਲੈ ਕੇ ਉੱਧਰ ਚਲੇ ਗਏ। ਮੈਂ ਗਾਲ ਨਹੀਂ ਸੀ ਕੱਢਣੀ, ਮੈਂ ਗਲਾਸ ਮਾਰਨਾ ਸੀ ਉਹਦੇ ਸਿਰ 'ਚ। ਮੈਂ ਕਿ ਜਵਾਬ ਦੇਣਾ ਸੀ, ਔਰ ਜਿਸ ਤਰੀਕੇ ਨਾਲ ਤੁਹਾਡੇ ਨਾਲ ਬਦਸਲੂਕੀ ਕੀਤੀ, ਉਸੇ ਬਦਸਲੂਕੀ ਦਾ ਜਵਾਬ ਬਦਸਲੂਕੀ 'ਚ ਹੀ ਦੇਣਾ, ਬਦਸਲੂਕੀ 'ਚ ਹੀ ਦੇਣਾ ਸੀ। ਮੈਂ ਗਾਲ ਨਹੀਂ ਕੱਢਣੀ ਸੀ, ਗਾਲ ਕੱਢਣ ਦੀ ਮੇਰੀ ਮਜਬੂਰੀ ਬਣ ਗਈ, ਕਿਉਂਕਿ ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਸੀ ਜਦੋਂ ਮੈਂ ਜੁੱਤੀਆਂ ਐਵੇਂ ਐਵੇਂ ਲਾਉਂਦੀ ਪਈ ਹਾਂ। ਉੱਥੇ ਫਿਰ ਮੇਰੇ ਅੰਦਰੋਂ ਗਾਲਾਂ ਹੀ ਨਿਕਲੀਆਂ, ਕਿਉਂਕਿ ਉੱਥੇ ਮੇਰੇ ਹੱਥ ਫੜੇ ਹੋਏ ਸੀ ਜੀ। ਅਤੇ ਤੁਹਾਡੇ ਜਿਹੜੇ ਤੁਹਾਨੂੰ ਲੈ ਕੇ ਗਏ ਸੀ, ਜਿੰਨਾ ਡਿਊਟੀ ਸੀ ਤੁਹਾਡੀ, ਰਿਸਪੋਂਸੀਬਿਲਟੀ ਤੁਹਾਡੀ, ਸਿਕਿਉਰਿਟੀ, ਉਹਨਾਂ ਵੱਲੋਂ ਕੁਛ ਨਹੀਂ ਕੀਤਾ ਗਿਆ? ਉਹ ਹਮੇਸ਼ਾ ਇਹ ਚਾਹੁੰਦੇ ਹੁੰਦੇ ਨੇ ਕਿ ਮਾਮਲਾ ਰਫਾ ਦਫਾ ਕੀਤਾ ਜਾਵੇ, ਚੁੱਪ ਕੀਤਾ ਜਾਵੇ, ਪੇਮੈਂਟ ਮਿਲ ਜਾਏਗੀ, ਬਸ ਪਾਰਟੀ ਆਪਣੀ ਖਰਾਬ ਹੁੰਦੀ ਆ, ਬਿਜ਼ਨਸ ਖਰਾਬ ਹੁੰਦਾ ਵਾ, ਹੈ ਨਾ। ਉਹ ਇਹ ਚੀਜ਼ਾਂ ਸੋਚਦੇ ਨੇ ਕਿ ਬਿਜ਼ਨਸ ਨਾ ਖਰਾਬ ਹੋ ਜਾਵੇ, ਜਿਵੇਂ ਕਿ ਉਹਨਾਂ ਨੇ ਪੇਮੈਂਟ ਨਹੀਂ ਦੇਣੀ। ਫਿਰ ਇਹ 'ਚ ਤੁਹਾਡੀ ਤਾਂ ਕੋਈ ਸਿਕਿਉਰਿਟੀ ਨਹੀਂ ਰਹੀ? ਤੁਸੀਂ ਕਿਸ ਕਿਸ ਬਿਹਾਫ 'ਤੇ, ਤੁਸੀਂ ਆਪਣੇ ਆਪ ਕਿੱਦਾਂ ਜਾਂਦੇ ਹੋ, ਕਿਉਂਕਿ ਇੰਨੇ ਕਿਤੇ ਨਾ ਕਿਤੇ ਰਾਤ ਪਏ ਅੰਧੇਰੇ ਪਹਿਲੇ ਤੁਸੀਂ ਵਾਪਸ ਆਉਂਦੇ ਹੋ, ਕਿਉਂਕਿ ਵਿਆਹ ਸ਼ਾਦੀਆਂ ਤਕਰੀਬਨ ਰਾਤ ਦੇ 12 ਵਜੇ ਤੋਂ ਬਾਅਦ ਹੀ ਖਤਮ ਹੁੰਦੀਆਂ ਨੇ, ਅਤੇ ਉਸ ਵੇਲੇ ਤੁਸੀਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਇਨਸਿਕਿਉਰ ਸਮਝਦੇ ਹੋ? ਨਹੀਂ, ਕਿਵੇਂ? ਗੋਡ ਦੇ ਸਹਾਰੇ ਬਸ। ਮੈਂ ਕਦੀ ਸਮਝਿਆ ਹੀ ਨਹੀਂ ਇਕੱਲਾ ਆਪਣੇ ਆਪ ਨੂੰ। ਮੇਰੇ ਪੇਰੈਂਟਸ, ਮੇਰੇ ਫਾਦਰ ਵੀ ਕਦੀ ਵਾਰ ਮੇਰੇ ਨਾਲ ਗੁੱਸੇ ਹੋ ਜਾਂਦੇ ਨੇ ਕਿ ਤੂੰ ਡਾਂਸ ਦਾ ਕੰਮ ਕਰਦੀਆਂ ਸੀ, ਨਹੀਂ ਤੇਰੇ ਨਾਲ ਗੱਲ ਕਰਨੀ। ਫਿਰ ਵਿੱਚੋਂ ਯਾਰ ਬਾਪ ਤਾਂ ਬਾਪ ਹੀ ਹੁੰਦਾ ਆ, ਫਿਰ ਗੱਲ ਵੀ ਕਰ ਲੈਂਦੇ ਮੇਰੇ ਨਾਲ ਪਿਆਰ ਨਾਲ, ਹੈ ਨਾ। ਅਤੇ ਉਹ ਇੱਕ ਇੱਕ ਤਰੀਕੇ ਨਾਲ ਮੈਨੂੰ ਹੁੰਦਾ ਕਿ ਮੇਰੀ ਹੈਗੀ ਆ ਬਾਂਹ ਫੜੀ ਹੋਈ ਆ ਕਿਸੇ ਨੇ, ਮੈਂ ਇਸ ਸਹਾਰੇ ਦੇ ਵਿੱਚ ਜੋ ਮਰਜ਼ੀ ਕਰ ਲੈਂਦੀ ਹਾਂ, ਜਾਂ ਕਿਤੇ ਘੁੰਮਣ ਵੀ ਮੈਂ ਇਕੱਲੀ, ਪਹਾੜਾਂ 'ਚ ਵੀ ਮੈਂ ਇਕੱਲੀ ਘੁੰਮਾਉਂਦੀ ਹੁੰਦੀ ਹਾਂ ਸੀਰੀਅਸਲੀ। ਅਤੇ ਮੈਨੂੰ ਇਹ ਚੀਜ਼ਾਂ ਤੋਂ ਇੰਨਾ ਉਹ ਲੱਗਦਾ ਨਹੀਂ ਆ, ਕਿਉਂਕਿ ਮੇਰਾ ਇੱਕੋ ਮੰਨਣਾ ਆ
ਕਿ ਮੌਤ ਜਿਹੜੀ ਆ ਉਹ ਸੱਚ ਆ ਅਤੇ ਜੀਵਨ ਜਿਹੜਾ ਇੱਕ ਲਾਈਕ ਅ ਮੂਵੀ ਆ, ਹੈ ਨਾ, ਇਹ ਆਪਣਾ ਚੱਲਣ ਦੇ ਸਿਮਰ, ਅਸੀਂ ਤੁਹਾਨੂੰ ਦੇਖ ਪਾ ਰਹੇ ਹਾਂ, ਤੁਹਾਡੀ ਅੱਖਾਂ 'ਚ ਦੇਖ ਪਾ ਰਹੇ ਹਾਂ, ਕਿਤੇ ਨਾ ਕਿਤੇ ਇੱਕ ਨਾਮੋਸ਼ੀ, ਇੱਕ ਦਰਦ ਸ਼ਾਇਦ ਕਿਤੇ ਨਾ ਕਿਤੇ ਹੈ ਕਿ ਮੇਰੇ ਨਾਲ ਹੀ ਕਿਉਂ ਹੋਇਆ ਇੱਦਾਂ। ਹਾਂ, ਕਿਉਂਕਿ ਮੈਂ ਤਾਂ ਕੁਛ ਕਿਹਾ ਵੀ ਨਹੀਂ ਸੀ ਉਹਨਾਂ ਨੂੰ, ਮੈਂ ਤਾਂ ਉਹਨਾਂ ਨੂੰ, ਮੈਂ ਤਾਂ ਡਾਂਸ ਸਾਈਡ 'ਤੇ ਕਰ ਰਹੀ ਸੀਗੀ ਅਤੇ ਮੈਂ ਬੱਚਿਆਂ ਨਾਲ ਮਸਤੀ ਕਰ ਰਹੀ ਹਾਂ। ਮੈਂ ਲਾਈਵ 'ਤੇ ਵੀ ਉਹ ਵੀਡੀਓ ਦੁਬਾਰਾ ਅਪਲੋਡ ਵੀ ਕਰਾਂਗੀ ਮੈਂ ਆਪਣੇ ਚੈਨਲ 'ਤੇ, ਕਿ ਉਸੇ ਦਿਨ ਦੀ ਮੈਂ ਵੀਡੀਓ ਅਪਲੋਡ ਕਰਾਂਗੀ ਕਿ ਮੈਂ ਉਸ ਦਿਨ ਬੱਚਿਆਂ ਨਾਲ ਬੜੇ ਵਧੀਆ ਤਰੀਕੇ ਨਾਲ ਫੈਮਿਲੀ ਨਾਲ ਡਾਂਸ ਕਰ ਰਹੀ ਹਾਂ, ਬੱਚਿਆਂ ਨਾਲ, ਛੋਟੀਆਂ ਛੋਟੀਆਂ ਬੱਚਿਆਂ ਡਾਂਸ ਕਰ ਰਹੀ ਹਾਂ, ਅਤੇ ਉਹਨਾਂ ਨੂੰ ਸ਼ਾਇਦ ਇਹ ਲੱਗਾ ਕਿ ਮੈਨੂੰ ਸਾਨੂੰ ਰਿਸਪੋਂਸ ਨਹੀਂ ਦੇ ਰਹੀ ਹੈਗੀ, ਹੈ ਨਾ ਜਿਵੇਂ, ਅਤੇ ਜੇ ਉਹਨਾਂ ਦੀ ਅੱਖਾਂ 'ਚ ਦੇਖੋ ਤਾਂ ਫਿਰ ਕਹਿੰਦੇ ਆ ਕਿ ਇਹ ਲੱਛਰ ਤਾਂ ਆਪ ਫੈਲਾਉਂਦੀਆਂ, ਗੰਦ ਪਾਉਂਦੀਆਂ, ਲਾਈਨਾਂ ਮਾਰਦੀਆਂ ਮੁੰਡਿਆਂ 'ਤੇ, ਤਾਂ ਹੀ ਤਾਂ ਮੁੰਡੇ ਨੰਬਰ ਫੜਾਉਂਦੇ ਆ। ਠੀਕ ਆ, ਜਦੋਂ ਤੁਹਾਨੂੰ ਅਸੀਂ ਲਾਈਨਾਂ ਨਹੀਂ ਮਾਰਦੇ ਫਿਰ ਤੁਸੀਂ ਕਹਿੰਦੇ ਕੁੜੀ ਨੂੰ ਕੰਮ ਨਹੀਂ ਆਉਂਦਾ ਵੀ ਅੱਗੇ ਤੋਂ ਇਹਨੂੰ ਸ਼ੋਅ 'ਤੇ ਨਾ ਪਾਈਓ। ਇਹ ਚੀਜ਼ਾਂ ਐਕਚੁਲੀ ਉਲਝਾਵ ਜਾਵਾ ਇਸ ਲਾਈਨ ਦੇ ਵਿੱਚ, ਸਮਝ ਰਹੇ ਹੋ ਤੁਸੀਂ, ਹੈ ਨਾ, ਅਤੇ ਉਹੀ ਮੈਨੂੰ ਚੀਜ਼ ਸਮਝ ਨਹੀਂ ਆਉਂਦੀ ਕਿ ਮਤਲਬ ਸਹੀ ਕੀ ਆ ਅਤੇ ਗਲਤ ਕੀ ਆ। ਪਰ ਮੈਨੂੰ ਇਹ ਪਤਾ ਹੁੰਦਾ ਵਾ ਕਿ CCTV ਕੈਮਰਾ ਉੱਪਰ ਆਉਣ ਆ, ਚਾਹੇ ਕੋਈ ਆਪਦੇ ਆਪ ਨੂੰ ਸਹੀ ਸਾਬਿਤ ਕਰੇ ਚਾਹੇ ਗਲਤ ਸਾਬਿਤ ਕਰੇ, ਜਿਹੜਾ CCTV ਕੈਮਰਾ ਆਉਣ ਆ ਉੱਪਰ ਵਾਲਾ, ਉਹ ਤਾਂ ਆਉਣ ਹੀ ਰਹਿਣਾ ਆ। ਟਾਈਮ 'ਤੇ ਆ ਕੇ ਪਾਣੀ ਦਾ ਪਾਣੀ ਅਤੇ ਦੁੱਧ ਦਾ ਕੀ ਕਹਿੰਦੇ ਆ ਦੁੱਧ ਹੋ ਜਾਂਦਾ ਹੁੰਦਾ, ਹੈ ਨਾ, ਅਤੇ ਇਸ ਕਰਕੇ ਮੈਂ ਕਦੀ ਪਰਵਾਹ ਨਹੀਂ ਕੀਤੀ ਕਿ ਅੱਧੀ ਰਾਤ ਨੂੰ ਮੈਂ ਆਉਣਾ ਵਾਂ ਡਰਾਈਵਰਸ ਦੇ ਨਾਲ। ਮੈਂ ਇਕੱਲੀ, ਮੈਂ ਰਿਪੋਰਟ ਲਗਾਉਣ ਵੀ ਇਕੱਲੀ ਗਈ ਹਾਂ, ਮੈਂ ਪਹਿਲਾਂ ਘਰ ਆਈ ਹਾਂ, ਜਦੋਂ ਘਰ ਆਉਣ ਤੋਂ ਬਾਅਦ ਫਿਰ ਮੈਂ ਵਾਪਸ ਗਈ ਹਾਂ ਉੱਥੇ ਆਪਣੇ ਐਵਲੇ ਥਾਣੇ 'ਚ। ਇਹ ਕਹਿੰਦੇ ਅਸੀਂ ਰਿਪੋਰਟ ਨਹੀਂ ਲਿਖ ਸਕਦੇ, ਤੁਹਾਡੀ ਰਿਪੋਰਟ ਲਿਖਾਂਗੇ ਉੱਥੇ ਸਮਰਾਲੇ ਜਿੱਥੇ ਵਾਰਦਾਤ ਹੋਈ ਆ। ਮੈਂ ਉੱਥੇ ਵਾਰਦਾਤ 'ਤੇ ਮੈਂ ਚਲੋ ਉਹ ਸਾਰੀ ਉਹਨਾਂ ਨੂੰ ਸਮਝਾਈ, ਹੈ ਨਾ, ਫਿਰ ਉਹਨਾਂ ਨੇ ਕੋਈ ਗੱਲ ਨਹੀਂ ਜੀ ਲਿਖ ਲੈਂਦੇ ਹਾਂ ਇੱਦਾਂ ਦਾ, ਨਾ ਚਲੋ ਜੀ ਇਹ SI ਨੇ ਰਿਪੋਰਟ ਰਬਟ ਲਿਖੀ ਹੈ ਜੋ ਵੀ ਆ। ਉਸ ਤੋਂ ਬਾਅਦ ਮੈਂ ਘਰ ਵਾਪਸ ਆ ਗਈ ਹਾਂ ਸਮਰਾਲੇ। ਅਕਸਰ ਕਿਹਾ ਜਾਂਦਾ ਵਾ ਕਿ ਰਾਤ ਰਾਤ ਬਰਾਤ 'ਤੇ ਜਦੋਂ ਕੋਈ ਲੜਕੀ ਪੁਲਿਸ ਥਾਣੇ ਜਾਂਦੀ ਹੈ ਤਾਂ ਬੜਾ ਇੱਕ ਡਰ ਜਿਹਾ ਹੁੰਦਾ ਵਾ, ਇੱਕ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਕਿਤੇ ਉੱਥੇ ਵੀ ਮੇਰੇ ਨਾਲ ਕੋਈ ਬਦਸਲੂਕੀ ਨਾ ਕੀਤੀ ਜਾਵੇ, ਕੁਛ ਇਹੋ ਜਿਹਾ ਕੋਈ ਐਸਾ ਡਰ, ਐਸੀ ਚੀਜ਼, ਕਿਉਂਕਿ ਹੋ ਤਾਂ ਔਰਤ ਕਿਤੇ ਨਾ ਕਿਤੇ ਇਹ ਚੀਜ਼ ਇਨਸਕਿਉਰਿਟੀ ਤਾਂ ਫੀਲ ਕਰਦੇ ਹੋਵੋਗੇ। ਇਨਸਕਿਉਰਿਟੀ ਦੇਖੋ ਯਾਰ, ਮੈਨੂੰ ਤਾਂ ਐਂ ਲੱਗਦਾ ਕਿ ਰੱਬ ਤੋਂ ਵੱਡਾ ਕੋਈ ਨਹੀਂ ਆ, ਅਤੇ ਜਦੋਂ ਰੱਬ ਤੁਹਾਡੇ ਨਾਲ ਆ ਤਾਂ ਫਿਰ ਇਨਸਕਿਉਰਿਟੀ ਦਾ ਕੋਈ ਗੱਲ ਹੀ ਨਹੀਂ ਆ। ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ, ਦੇਖੋ ਜੇ ਕਿਸੇ ਨਾਲ ਰੇਪ ਹੁੰਦਾ ਜਾਂ ਕਿਸੇ ਨਾਲ ਮਰਡਰ ਹੁੰਦਾ ਜਾਂ ਕੁਛ ਵੀ ਹੁੰਦਾ ਵਾ, ਉਹ ਉਹਨਾਂ ਦੇ ਕਰਮ ਹੁੰਦੇ ਨੇ। ਜੇ ਮੇਰੀ ਮੌਤ ਕਿਸੇ ਤਰੀਕੇ ਨਾਲ ਲਿਖੀ ਆ ਨਾ, ਉਹ ਉਸੇ ਤਰੀਕੇ ਨਾਲ ਹੀ ਹੋਣੀ ਆ, ਉਹ ਮੇਰੇ ਕਰਮ ਨੇ। ਅਤੇ ਫਿਰ ਜਿਹੜਾ ਅੱਜ ਇਸ ਵਾਰੀ ਪ੍ਰੋਗਰਾਮ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਕੁਛ ਹੋਇਆ, ਫਿਰ ਇਸ ਨੂੰ ਵੀ ਤੁਸੀਂ ਐਕਸੈਪਟ ਕਰ ਲੈਂਦੇ? ਤੁਸੀਂ ਕਿਉਂ ਤੁਸੀਂ ਮਤਲਬ ਕਿ ਕਿਉਂ ਇਸ ਚੀਜ਼ ਨੂੰ ਇਹਦਾ ਜਵਾਬ ਦਿੱਤਾ? ਲੱਗਦਾ ਸੀਗਾ ਤੁਹਾਨੂੰ ਕਿਤੇ ਨਾ ਕਿਤੇ ਕਿ ਇਸ ਚੀਜ਼ ਨੂੰ ਜਵਾਬ ਦੇਣਾ ਜ਼ਰੂਰੀ ਚਾਹੀਦਾ, ਕਿਉਂਕਿ ਇੱਕ ਔਰਤ ਤੋਂ ਬੇਸ਼ੱਕ ਮਜਬੂਰੀਆਂ ਚੱਲਦੇ ਤੁਸੀਂ ਇਸ ਲਾਈਨ ਦੇ ਵਿੱਚ ਹੋ ਜਾਂ ਕਿਸੇ ਵੀ ਇੱਕ, ਪਰ ਕਿਤੇ ਨਾ ਕਿਤੇ ਜਵਾਬ ਦੇਣਾ ਜ਼ਰੂਰੀ ਸੀ। ਬਦਸਲੂਕੀ ਇੱਕ ਔਰਤ ਦੇ ਨਾਲ, ਇੱਕ ਮਹਿਲਾ ਦੇ ਨਾਲ ਹੋਈ ਹੈ? ਮੈਂ ਇੱਕ ਔਰਤ ਦੇ ਨਾਲ ਬਦਸਲੂਕੀ ਹੋਈ ਆ ਇਸ ਕਰਕੇ, ਇਹ ਮੈਂ ਜਦੋਂ ਆਈ ਹਾਂ ਵਾਪਸ, ਉਹਨਾਂ ਨੇ ਸਾਰਾ ਮਾਮਲਾ ਖਤਮ ਕਰਤਾ, ਆ ਗਈ ਹਾਂ ਵਾਪਸ, ਘਰ ਪਹੁੰਚੀ ਹਾਂ, ਫਿਰ ਉਸ ਬੰਦਿਆਂ ਨੇ ਖੁਦ ਹੀ ਉਹ ਵੀਡੀਓ ਮੇਰੇ ਮੈਨੇਜਰ ਨੂੰ ਭੇਜੀ ਆ ਕਿ ਆਹ ਦੇਖੋ ਜੀ ਸਿਮਰਨ ਦੀ ਹਾਲਤ। ਠੀਕ ਹੈ, ਸਿਮਰਨ ਨੇ ਕੀ ਕੀਤਾ, ਸਿਮਰਨ ਨੇ, ਯਾਨੀ ਕਿ ਮੈਂ ਸਿਮਰ ਨੇ, ਮੈਂ ਮੇਰੇ ਕਾਫੀ ਨਾਮ ਲੈ ਲੈਂਦੇ ਨੇ ਲੋਕ, ਅਤੇ ਫਿਰ ਮੈਂ ਉਹ ਵੀਡੀਓ ਚੱਕ ਕੇ ਉਹਦਾ ਰਿਪਲਾਈ ਆਪਦੀ ਇੰਸਟਾ ਸਟੋਰੀ 'ਤੇ ਪਾਇਆ ਕਿ ਇੱਜ਼ਤ ਕਰੂੰਗੇ ਤਾਂ ਕਰਾਉਂਗੇ, ਨਹੀਂ ਤਾਂ ਫਿਰ ਇੱਦਾਂ ਗਾਲਾਂ ਹੀ ਖਾਉਂਗੇ। ਠੀਕ ਹੈ, ਮੈਂ ਉਹ ਚੀਜ਼ ਮੈਂ ਇੰਸਟਾਗ੍ਰਾਮ 'ਤੇ ਜਸਟ ਇੱਕ ਰਿਪਲਾਈ ਪਾ ਦਿੱਤਾ ਸੀਗਾ, ਮੇਰਾ ਕੋਈ ਇਹਨਾਂ ਨਾਲ ਐਡੇ ਵੱਡੇ ਮੁੱਦੇ 'ਤੇ ਬਹਿਸ ਕਰਨ ਦਾ ਨਹੀਂ ਸੀ, ਮੇਰਾ ਸੀਗਾ ਅੰਦਰੋਂ ਅੰਦਰੀ ਮੈਂ ਆਪਦਾ ਪੁਲਿਸ ਥਾਣੇ 'ਚ ਕੰਪਲੇਂਟ ਲਿਖਵਾਵਾਂ ਅਤੇ ਮੈਂ ਉਹਦੇ 'ਤੇ ਕੇਸ ਕਰ ਦੇਵਾਂ। ਇਹ ਸੋਸ਼ਲ ਮੀਡੀਆ ਵਾਲੀ ਗੱਲ ਤਾਂ ਮੈਂ ਕੋਈ
ਚਲੋ ਇਹ ਸਭ ਤੋਂ ਵੱਡੀ ਪਾਵਰ ਹੁੰਦੀ ਆ, ਮੈਂ ਮੰਨਦੀ ਹਾਂ ਹੈ ਨਾ ਇਹ ਚੀਜ਼ਾਂ, ਪਰ ਮੇਰਾ ਕੋਈ ਇਹੋ ਜਿਹਾ ਇੰਟੈਂਸ਼ਨ ਨਹੀਂ ਸੀਗੀ ਇਹ। ਜੇ ਤੁਸੀਂ ਆਏ ਹੋ ਇਟ ਮੀਨਸ ਗੋਡ ਆਇਆ ਮੇਰੇ ਘਰੇ। ਚਲੋ ਮੇਰੀ ਇੱਕ ਚੀਜ਼ ਹੋਰ ਮੈਨੂੰ ਦੱਸੋ ਕਿ ਤੁਸੀਂ ਇਹ ਜਿਹੜੇ ਸ਼ਖਸ ਨੇ ਤੁਹਾਡੇ ਨਾਲ ਬਸ ਸਲੂਕੀ ਕੀਤੀ, ਕਿਆ ਤੁਸੀਂ ਉਹਨੂੰ ਜਾਣਦੇ ਸੀ ਕਿ ਉਹਨੇ ਤੁਹਾਡੇ ਨਾਲ ਪਹਿਲਾਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਉਸ ਵੇਲੇ ਹੀ ਉਹ ਤੁਹਾਡੇ ਨਾਲ ਪਹਿਲੀ ਵਾਰ ਤੁਸੀਂ ਉਹਨੂੰ ਦੇਖਿਆ ਸੀ ਔਰ ਪਹਿਲੀ ਵਾਰ 'ਚ ਹੀ ਉਹ ਤੁਹਾਡੇ ਨਾਲ ਇਸ ਤਰੀਕੇ ਨਾਲ ਬਸ ਸਲੂਕੀ ਕਰ ਰਿਹਾ ਸੀ? ਐਕਚੁਲੀ ਪਹਿਲਾਂ ਮੈਂ ਉਹਦਾ ਫੇਸ ਕਦੀ ਦੇਖਿਆ ਨਹੀਂ ਸੀਗਾ, ਅਤੇ ਸੋਸ਼ਲ ਮੀਡੀਆ 'ਤੇ ਆਲਰੇਡੀ ਸਿਮਰ ਸੰਧੂ ਦੇ ਨਾਮ ਤੋਂ ਮੇਰੀਆਂ ਵੀਡੀਓਜ਼ ਵਗੈਰਾ ਡਾਂਸਿੰਗ ਦੀਆਂ ਰਹਿੰਦੀਆਂ ਨੇ ਹੈ ਨਾ, ਅਤੇ ਉਹ ਫਿਰ ਉੱਥੋਂ ਬੁੱਕ ਕਰਾ ਲੈਂਦੇ ਨੇ ਕਿ ਸਾਨੂੰ ਆਹ ਕੁੜੀ ਚਾਹੀਦੀ ਹੈ ਨਾ। ਪਰ ਚੱਲ ਠੀਕ ਹੈ, ਜੇ ਚਾਹੀਦੀ ਹੈ, ਜੇ ਕੁੜੀ ਤੁਹਾਡੇ ਕੋਲ ਪਹੁੰਚ ਗਈ ਆ, ਅਤੇ ਤੁਸੀਂ ਮਤਲਬ ਉਹਨੂੰ ਦਿਖਾ ਰਹੇ ਹੋ ਕਿ ਅਸੀਂ ਪੈਸੇ ਵਾਲੇ ਹਾਂ, ਤੂੰ ਤਾਂ ਕੁਛ ਵੀ ਨਹੀਂ ਆ, ਹੈ ਨਾ, ਆਪਣੀ ਪ੍ਰੋਪਰਟੀ ਨਹੀਂ। ਹਾਂ, ਹੈ ਨਾ, ਅਤੇ ਉਹ ਮੈਨੂੰ ਇੱਕ ਤਰੀਕੇ ਨਾਲ ਮੈਨੂੰ ਇਹ ਲੱਗਿਆ ਕਿ ਮੈਂ ਉਹਨੂੰ ਸੋਸ਼ਲ ਮੀਡੀਆ 'ਤੇ ਸਿਰਫ ਇਹ ਲਿਖ ਕੇ ਪਾਵਾਂ ਕਿ ਦੇਖੋ ਗਾਣਾ, ਸਿਰਫ ਉਹਨੂੰ ਨਹੀਂ, ਸਿਰਫ ਮੈਂ ਸਾਰਿਆਂ ਨੂੰ ਕਿ ਦੇਖੋ ਇੱਜ਼ਤ ਕਰੂੰਗੇ ਤਾਂ ਇੱਜ਼ਤ ਕਰਾਉਂਗੇ, ਗਾਲਾਂ ਕੱਢੂੰਗੇ ਤਾਂ ਗਾਲਾਂ ਹੀ ਖਾਊਂਗੇ। ਮੈਂ ਸਿਰਫ ਇਹ ਜਸਟ ਆਪਣੀ ਸਟੋਰੀ ਲਾਈ ਸੀਗੀ ਜਦੋਂ ਮੈਨੂੰ ਵੀਡੀਓ ਇਹਨਾਂ ਨੇ ਪਾਈ ਆ। ਇਹਨਾਂ ਨੇ ਵੀਡੀਓ ਇਸ ਕਰਕੇ ਪਾਈ ਸੀ ਮੇਰੀਆਂ ਲੱਤਾਂ ਖਿੱਚਣ ਲਈ ਕਿ ਆਹ ਦੇਖੋ ਬਦਤਮੀਜ਼ੀ ਕਰਦੀ ਪਈ ਆ। ਅਤੇ ਬਦਤਮੀਜ਼ੀ ਵੀ ਹੁਣ ਕਹਿੰਦੇ ਆ ਨਾ ਕਿ ਸ਼੍ਰੀ ਕ੍ਰਿਸ਼ਨ ਜੀ ਦੇ, ਮੈਂ ਸ਼੍ਰੀ ਕਿਸ਼ੋਰੀ ਜੀ ਦਾ ਇੱਕ ਸੁਣਿਆ ਸੀਗਾ, ਕਹਿੰਦੇ ਆ ਰਾਮ ਜੀ ਦੇ ਵਿੱਚ ਅਤੇ ਸ਼੍ਰੀ ਕ੍ਰਿਸ਼ਨ ਜੀ 'ਚ ਇੱਕ ਫਰਕ ਸੀਗਾ। ਰਾਮ ਜੀ ਕਹਿੰਦੇ ਸੀਗੇ ਕਿ ਤੁਸੀਂ ਨਿਮਰਤਾ ਨਾਲ ਰਹੋ, ਅਤੇ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਸੀਗੇ ਜੇ ਤੁਹਾਨੂੰ ਲੋੜ ਪਈ ਨਾ ਫਿਰ ਆਪਦੇ ਭੈਣ ਭਰਾਵਾਂ ਨਾਲ ਵੀ ਲੜ ਪਓ ਜੇ ਤੁਹਾਡੇ ਹੱਕ ਦੀ ਗੱਲ ਆਈ ਹੈ ਨਾ। ਅਤੇ ਮੈਂ ਕ੍ਰਿਸ਼ਨ ਜੀ ਦੀ ਆਹ ਦੇਖੋ ਬਣਾਇਆ ਹੋਇਆ ਨਾ ਇਹ ਚੀਜ਼, ਇੱਥੇ ਸ਼੍ਰੀ ਕ੍ਰਿਸ਼ਨ ਜੀ ਹੀ ਵਿਰਾਜਮਾਨ ਹੋਣੇ ਨੇ। ਹਾਂਜੀ, ਇਹ ਕ੍ਰਿਸ਼ਨ ਜੀ ਦਾ ਮੇਰੇ ਘਰ 'ਚ ਤੁਸੀਂ ਦੇਖੋਗੇ ਮੰਦਿਰ ਨਹੀਂ ਹੈਗਾ, ਕੁਛ ਨਹੀਂ ਹੈਗਾ, ਇਹ ਸ਼੍ਰੀ ਕ੍ਰਿਸ਼ਨ ਜੀ ਦੀ ਜਗ੍ਹਾ ਸਪੈਸ਼ਲੀ ਬਣਾਈ ਹੋਈ ਆ। ਹਾਂਜੀ। ਅੱਛਾ ਸਿਮਰ, ਇੱਕ ਚੀਜ਼ ਹੋਰ, ਸੁਪਨੇ ਹੋਣਗੇ ਤੁਹਾਡੇ ਪਹਿਲੇ, ਬਹੁਤ ਸੁਪਨੇ ਹੋਣਗੇ, ਕਿਉਂਕਿ ਇੱਕ ਲੜਕੀ ਦੇ ਜਦੋਂ ਮਾਂ ਬਾਪ ਦੇ ਕੋਲ ਹੁੰਦੀ ਹੈ, ਮਾਂ ਬਾਪ ਜਦੋਂ ਪਾਲ ਰਹੇ ਹੁੰਦੇ ਆ, ਤਾਂ ਬੜੇ ਸੁਪਨੇ ਹੁੰਦੇ ਆ। ਪਹਿਲਾਂ ਹੀ ਸੋਚਿਆ ਸੀ ਡਾਂਸਰ ਬਣਨਾ? ਬਿਲਕੁਲ ਨਹੀਂ, ਮੈਂ IPS ਬਣਨਾ ਸੀਗਾ। ਮੇਰਾ ਸ਼ੌਂਕ ਪੁਲਿਸ ਦੇ ਵਿੱਚ ਸੀਗਾ, ਫਿਰ ਮੈਨੂੰ, ਮੈਂ ਕਾਫੀ ਭਰਤੀਆਂ ਵਗੈਰਾ ਵੀ ਦੇਖਦੀ ਰਹੀ ਹਾਂ ਜਿਵੇਂ, ਹੈ ਨਾ। ਫਿਰ ਮੇਰੀ ਭੂਆ ਮੈਨੂੰ ਲੈ ਗਈ ਜਦੋਂ ਮੈਂ ਪੜ੍ਹਦੀ ਸੀ, ਮੇਰੀ ਭੂਆ ਕਹਿੰਦੀ ਮੈਂ ਨਾ ਤੈਨੂੰ ਭਰਤੀ ਕਰਾ ਦੂੰਗੀ, ਚੱਲ ਹੈ ਨਾ ਪੁਲਿਸ ਦੇ ਵਿੱਚ ਨਹੀਂ ਤਾਂ ਮੈਂ ਤੈਨੂੰ ਆਰਮੀ ਅਕੈਡਮੀ ਦੇ ਵਿੱਚ ਮੈਨੂੰ ਛੱਡ ਕੇ ਗਈ ਹੈ। ਮੈਂ 9th ਪੜ੍ਹਦੀ ਮੇਰੀ ਭੂਆ ਕਹਿੰਦੀ 10th ਮੈਂ ਤੈਨੂੰ ਪੜ੍ਹਾ ਦੂੰਗੀ, ਅਤੇ ਉਸ ਤੋਂ ਬਾਅਦ ਉਹ ਕਹਿੰਦੀ ਆ ਕਿ ਆਪਾਂ ਕਿਸੇ ਕੋਲ ਲੈ ਕੇ ਜਾਂਦੇ ਨੇ, ਮੈਨੂੰ ਇੱਕ ਬੰਦਾ ਆ ਉਹਦੇ ਕੋਲ ਲੈ ਕੇ ਜਾਂਦੇ ਨੇ, ਫੌਜ ਦਾ ਕੋਈ ਪਤਾ ਨਹੀਂ ਕੌਣ ਸੀ। ਉਸ ਬੰਦੇ ਨੇ ਵੀ ਮਤਲਬ ਮੈਨੂੰ ਅੰਦਰ ਬੁਲਾ ਕੇ ਅਤੇ ਮੇਰੀ ਮਤਲਬ ਇੱਦਾਂ ਹੱਥ ਪਾ ਕੇ ਮੈਨੂੰ ਮਤਲਬ ਗਲਤ ਤਰੀਕੇ ਨਾਲ ਉਹ ਕੁਛ ਕੀਤਾ, ਟੱਚ ਕੀਤਾ, ਅਤੇ ਕਹਿੰਦਾ ਮੈਂ ਤੇਰਾ ਫਿਜ਼ੀਕਲ ਟੈਸਟ ਲੈ ਰਿਹਾ ਵਾਂ। ਇਹ ਚੀਜ਼ ਕਾਫੀ ਪੁਰਾਣੀ ਗੱਲ ਹੈ, ਬਹੁਤ ਜਦੋਂ ਮੈਂ ਮਤਲਬ ਇਸ ਲਾਈਨ 'ਚ ਵੀ ਨਹੀਂ ਸੀਗੀ। ਇਹ ਚੀਜ਼ਾਂ ਕੁੜੀਆਂ ਨਾਲ, ਯਾਰ ਇਸ ਫੀਲਡ 'ਚ ਨਹੀਂ, ਕੁੜੀਆਂ ਨਾਲ ਕਿਸੇ ਵੀ ਫੀਲਡ 'ਚ ਇਹ ਗੱਲਾਂ ਹੁੰਦੀਆਂ ਨੇ, ਕਿਉਂਕਿ ਜੇ ਮੈਂ ਇਸ ਫੀਲਡ 'ਚ ਨਹੀਂ ਸੀ ਤਾਂ ਪਹਿਲਾਂ ਕਿਹੜਾ ਮੈਂ ਇਸ ਫੀਲਡ 'ਚ ਸੀਗੀ ਜਦੋਂ ਉਸ ਬੰਦੇ ਨੇ ਮੈਨੂੰ ਇੱਦਾਂ ਕੀਤਾ ਕਿ ਮੈਂ ਫਿਜ਼ੀਕਲ ਟੈਸਟ ਲੈ ਰਿਹਾ ਵਾਂ, ਹੈ ਨਾ। ਉਦੋਂ ਮੈਂ ਬੱਚੀ ਸੀਗੀ, ਠੀਕ ਹੈ, 9th ਕਲਾਸ ਤੋਂ ਪਾਸ ਹੋ ਕੇ ਬੰਦਾ 10th 'ਚ ਜਾਂਦਾ ਵਾ, ਕਿੰਨਾ ਕੁ ਵੱਡਾ ਹੁੰਦਾ ਆ, ਹੈ ਨਾ। ਚਲੋ ਇਹ ਚੀਜ਼ਾਂ ਉਸ ਤੋਂ ਬਾਅਦ ਘਰ ਦੇ ਹਾਲਾਤ ਕਿਹੋ ਜਿਹੇ ਰਹੇ, ਕਿਉਂਕਿ ਜਿਸ ਤਰੀਕੇ ਤੁਸੀਂ ਹੁਣ ਗੱਲ ਕਰ ਰਹੇ ਹੋ, ਘਰ ਦੇ ਹਾਲਾਤ ਕੁਛ ਮਾੜੇ ਰਹੇ ਨੇ? ਘਰ ਦੇ ਹਾਲਾਤ, ਫਾਦਰ ਸਾਹਿਬ ਕੀ ਕਰਦੇ ਨੇ, ਕਿਵੇਂ ਮਕੀ? ਐਕਚੁਲੀ ਮੇਰੀ ਭੂਆ ਨੇ ਮੈਨੂੰ ਪਾਲਿਆ ਹੋਇਆ ਹੈ ਔਰ ਮੇਰੇ ਮੰਮਾ ਹੈ ਨਹੀਂ ਆ। ਮੇਰੇ ਪਾਪਾ ਨੇ ਦੂਜਾ ਵਿਆਹ ਕਰਾਇਆ ਹੋਇਆ, ਸਟੈਪ ਮਦਰ ਆ, ਸਟੈਪ ਬ੍ਰਦਰ ਸਿਸਟਰ ਆ ਮੇਰੇ। ਮੇਰੀ ਇੱਕ ਰੀਅਲ ਸਿਸਟਰ ਆ ਵੱਡੀ ਮੇਰੇ ਤੋਂ,
ਅਤੇ ਉਹ ਅਸੀਂ ਕੀ ਕਹਿੰਦੇ ਆ ਫਿਰ ਵੀ ਫੈਮਿਲੀ ਸਾਡੀ ਵਧੀਆ ਵਾ, ਮਤਲਬ ਕੀ ਕਹਿੰਦੇ ਕੰਪਲੀਟ ਹੀ ਆ, ਚਾਹੇ ਉਹ ਦੂਜੀ ਮਾਂ ਹੋਵੇ ਚਾਹੇ ਪਹਿਲੀ ਹੋਵੇ, ਪਿਆਰ ਕਰਦੀ ਹੋਣੀ ਚਾਹੀਦੀ ਆ, ਹੈ ਨਾ। ਆਪਾਂ ਕਦੀ ਨਾ ਉਸ ਬੱਚਿਆਂ ਨੇ ਸਾਨੂੰ ਕਦੀ ਇਹ ਕਿਹਾ ਕਿ ਤੁਸੀਂ ਇਵੇਂ ਦੇ ਹੋ, ਅਤੇ ਨਾ ਕਦੀ ਅਸੀਂ ਉਸ ਮਾਂ ਨੂੰ ਜਵਾਬ ਦਿੱਤਾ। ਕਿਉਂਕਿ ਮੇਰੀ ਭੂਆ ਨੇ ਮੈਨੂੰ ਪਾਲਿਆ, ਅਸੀਂ ਜਦੋਂ ਵੀ ਜਾਂਦੇ ਸੀ ਆਪਦੇ, ਮੈਂ ਮੇਰੀ ਭੈਣ ਦਾਦੀ ਨੇ ਪਾਲੀ ਆ ਅਤੇ ਮੈਂ ਮੇਰੀ ਭੂਆ ਨੇ ਪਾਲੀ ਆ, ਠੀਕ ਆ। ਅਤੇ ਅਸੀਂ ਜਦੋਂ ਵੀ ਪਿੰਡ ਜਾਂਦੇ ਸੀ ਆਪਣੇ ਸਟੈਪ ਮੰਮਾ ਕੋਲ ਜਾਂਦੇ ਸੀ, ਸਾਨੂੰ ਖੂਬ ਪਿਆਰ ਕਰਦੀ ਸੀਗੀ ਉਹ ਖੂਬ। ਅੱਜ ਵੀ ਮੈਂ ਚੱਲ ਜਾਂਦੀ ਹਾਂ ਨਾ, ਅਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਦੂਜੀ ਮਾਂ ਆ, ਉਹਨੇ ਅਸੀਂ ਬਹਿਣਾ ਨਾ, ਉਹਨੇ ਪਲੇਟਾਂ ਵੀ ਬੈੱਡ ਤੋਂ ਹੀ ਚੁੱਕ ਲੈਣੀਆਂ। ਕਦੀ ਸਾਨੂੰ ਇਹ ਨਹੀਂ ਕਹਿਣਾ ਕਿ ਉੱਠ ਕੇ ਭਾਂਡੇ ਮਾਂਜ ਲਓ, ਉਹ ਇੰਨੀ ਚੰਗੀ ਆ ਸਾਡੀ ਸਟੈਪ ਮਦਰ, ਜਿਹੜੀ ਪੂਰੀ ਕੰਪਲੀਟ ਫੈਮਿਲੀ ਆ। ਅਤੇ ਬਾਕੀ ਇਹ ਆ ਕਿ ਥੋੜ੍ਹੀ ਬਹੁਤੀ ਜ਼ਮੀਨ ਆ, ਜੱਟਾਂ ਦੀ ਕੁੜੀ ਆ ਮੈਂ, ਥੋੜ੍ਹੀ ਬਹੁਤੀ ਡੈਡੀ ਕੋਲ ਜ਼ਮੀਨ ਆ, ਜ਼ਿਆਦਾ ਕੁਛ ਅਮੀਰੀ ਹੈ ਨਹੀਂ ਆ ਸਾਡੇ ਘਰ ਦੇ ਵਿੱਚ। ਅਤੇ ਜਿਹੜਾ ਕੀ ਕਹਿੰਦੇ ਆ ਭਰਾ ਹਲੇ ਵੱਡਾ ਆ ਅਤੇ ਉਹ ਵਿਗੜਿਆ, ਨਵੇਂ ਨਵੇਂ ਜਵਾਕ ਕਿਹੜਾ ਸੁਣਦੇ ਆ ਕਿਸੇ ਦੀ, ਹੈ ਨਾ। ਬਾਕੀ ਮੇਰੇ ਡੈਡੀ ਕਾਫੀ ਟਾਈਮ ਪਹਿਲਾਂ, ਸਾਡੀ ਇੱਕ ਬੱਸ ਚੱਲਦੀ ਹੁੰਦੀ ਸੀਗੀ, ਹੈ ਨਾ, ਅਤੇ ਉਹ ਮੇਰੇ ਪਾਪਾ ਦਾ ਐਕਸੀਡੈਂਟ ਹੋ ਗਿਆ ਸੀਗਾ ਇੱਥੇ। ਉਹਨਾਂ ਦਾ ਸਾਰਾ, ਤੁਸੀਂ ਜਿਹੜੇ ਮੇਰੇ ਪਾਪਾ ਦਾ ਕਦੀ ਇੰਟਰਵਿਊ ਲਉਂਗੇ ਤਾਂ ਉਹਨਾਂ ਦਾ ਸਿਰ ਖੋਲ੍ਹ ਕੇ ਦੇਖਿਓ, ਉੱਥੇ ਪੂਰੀਆਂ ਡੂੰਘ ਪਿਆ ਹੋਇਆ ਆ, ਮਤਲਬ ਉਹਨਾਂ ਦੇ ਕੋਲ ਕੰਮ ਹੁੰਦਾ ਨਹੀਂ ਹੈਗਾ ਇਸ ਚੀਜ਼ ਦਾ। ਮਤਲਬ ਕਿ ਘਰ ਦੇ ਕਿਤੇ ਨਾ ਕਿਤੇ ਸਾਰੇ ਹਾਲਾਤਾਂ ਨੂੰ ਸਿਮਰ ਨੇ ਚੱਕ ਲਿਆ, ਸਿਮਰ ਨੇ ਆਪਣੇ ਨਾਜ਼ੁਕ ਕੰਧਿਆਂ ਤੇ। ਮੇਰੇ ਨਹੀਂ ਨਹੀਂ ਇਹ ਗੱਲ ਨਹੀਂ ਆ, ਸਾਡਾ ਜਿਹੜਾ ਮੇਰੇ ਡੈਡੀ ਵੀ ਹਲੇ ਇਹ ਕੀ ਕੰਮ ਨਹੀਂ ਕਰਦੇ, ਮੇਰੇ ਡੈਡੀ ਵੀ ਕੰਮ ਕਰਦੇ ਨੇ, ਸਾਡੀ ਜ਼ਮੀਨ ਤੋਂ ਵੀ ਠੇਕਾ ਆਉਂਦਾ ਥੋੜ੍ਹਾ ਬਹੁਤਾ। ਮੇਰੇ ਪੇਰੈਂਟਸ ਮੇਰੇ ਤੋਂ ਪੈਸੇ ਨਹੀਂ ਮੰਗਦੇ, ਉਹ ਕਹਿੰਦੇ ਬੇਟਾ ਆਪਣਾ ਬਣਾ। ਜਿਹੜੀ ਭੂਆ ਨੇ ਮੈਨੂੰ ਪਾਲਿਆ ਆ ਉਹ ਵੀ ਭੂਆ ਕਹਿੰਦੇ ਕਿ ਬੇਟਾ ਤੂੰ ਆਪਣਾ ਬਣਾ, ਆਹ ਜਿਹੜਾ ਘਰ ਬਣਿਆ ਹੋਇਆ ਆ ਇਹ ਸਿਰਫ ਉਹਨਾਂ ਨੇ ਹੀ ਮੈਨੂੰ ਸਲਾਹ ਦਿੱਤੀ ਆ, ਉਹਨਾਂ ਨੇ ਮੇਰੇ ਪੈਸੇ, ਇਹ ਨਹੀਂ ਕੀਤਾ ਕਿ ਸਾਡੀ ਕੁੜੀ ਕੰਮ ਕਰ ਰਹੀ ਆ ਅਤੇ ਅਸੀਂ ਉਹਦੇ ਪੈਸੇ ਖਾਈਏ, ਨਹੀਂ। ਉਹਨਾਂ ਨੇ ਮੈਨੂੰ ਸਪੋਰਟ ਪੂਰੀ ਕੀਤੀ ਆ ਅਤੇ ਮੈਂ ਬਸ, ਜੇ ਮਾੜੇ ਹਾਲਾਤ ਉਹ ਆਪਣੇ ਜੋਗੇ ਪੂਰੇ ਨੇ, ਉਹ ਮੇਰੇ ਤੋਂ ਪੈਸੇ ਨਹੀਂ ਮੰਗਦੇ ਕਦੀ ਵੀ, ਮੇਰੇ ਪੇਰੈਂਟਸ ਕਦੀ ਵੀ ਪੈਸੇ ਨਹੀਂ ਮੰਗਦੇ। ਸੁਪਨੇ ਬਾਰੇ ਕਦੀ ਸੋਚੇ, ਕਦੀ ਸੁਪਨਾ ਆਇਆ ਨਹੀਂ, ਆਪਣੇ ਸੁਪਨੇ ਨੂੰ ਪੂਰਾ ਨਹੀਂ ਕਰ ਪਾਏ? ਫਿਰ ਹੁਣ ਜਦੋਂ ਇਸ ਲੈਵਲ 'ਤੇ ਪਹੁੰਚ ਗਈ ਹਾਂ ਮੈਂ, ਤਾਂ ਮਤਲਬ ਪੈਸੇ ਮਿਲਣ ਲੱਗ ਜਾਂਦੇ ਹੈ ਨਾ, ਫਿਰ ਆਪਣੇ ਦਿਮਾਗ 'ਚ ਕਿਤੇ ਨਾ ਕਿਤੇ ਇਹ ਚੀਜ਼ਾਂ ਆ ਜਾਂਦੀਆਂ ਕਿ ਯਾਰ ਜੇ ਆਪਾਂ ਨੌਕਰੀ ਵੀ ਤਾਂ ਪੈਸਿਆਂ ਲਈ ਕਰਨੀ ਸੀ, ਹੈ ਨਾ, ਅਤੇ ਮੈਂ ਕਿਹੜਾ ਕੁਛ ਗਲਤ ਕਰ ਰਹੀ ਹਾਂ। ਆਪਦੇ ਮਨ ਨੂੰ ਸਮਝਾਉਣ ਵਾਲੀ ਗੱਲ ਹੁੰਦੀ ਆ, ਮੈਂ ਕਿਹੜਾ ਕੁਛ ਗਲਤ ਕਰ ਰਹੀ ਹਾਂ, ਹੈ ਨਾ। ਅਤੇ ਬਾਕੀ ਪਰਮਾਤਮਾ ਦੇਖਦਾ ਵਾ ਆਪਾਂ ਚੀਜ਼ ਗਲਤ ਕਰ ਰਹੇ ਹਾਂ ਜਾਂ ਸਹੀ ਕਰ ਰਹੇ ਹਾਂ, ਹੈ ਨਾ, ਸਾਰਾ ਕੁਛ, ਹੈ ਨਾ। ਅਤੇ ਜੇ ਆਪਾਂ ਕਹੀਏ ਕਿ ਬੜੇ ਸੱਚੇ ਬਣਨ ਦੀ ਕੋਸ਼ਿਸ਼ ਕਰੀਏ ਜਾਂ ਕਿਤੇ ਨਾ ਕਿਤੇ ਗੱਲਾਂ ਅਗਾਂਹ ਦੀ ਗਾਂਹ ਅੱਗੇ ਆ ਹੀ ਜਾਂਦੀਆਂ ਨੇ, ਅਤੇ ਹਮੇਸ਼ਾ ਜੇ ਤੁਸੀਂ ਪਿੱਛੇ ਵੀ ਕਰਮ ਮਾੜੇ ਕੀਤੇ ਨੇ ਅਤੇ ਅੱਗੇ ਜਾਂ ਅੱਗੇ ਕੰਮ ਚੰਗੇ ਕਰ ਲਓ ਅਤੇ ਕੁਛ ਨਹੀਂ ਹੋਊਗਾ ਤੁਹਾਨੂੰ। ਅਫਸੋਸ ਕਿਸ ਚੀਜ਼ ਦਾ? ਕਿਸੇ ਵੀ ਚੀਜ਼ ਦਾ ਅਫਸੋਸ ਨਹੀਂ ਹੈ ਮੈਨੂੰ। ਮੈਨੂੰ ਕੱਲ੍ਹ ਦੀ, ਮੈਂ ਤੁਹਾਨੂੰ ਕਹਿ ਰਹੀ, ਮੈਨੂੰ ਕੱਲ੍ਹ ਦੀ ਚੀਜ਼ ਦਾ ਅਫਸੋਸ ਹੈ ਹੀ ਨਹੀਂ। ਮੈਂ ਤਾਂ ਸਿਰਫ ਜਸਟ ਰਿਪਲਾਈ ਦਿੱਤਾ ਸੀਗਾ ਕਿ ਭਾਈ ਇੱਜ਼ਤ ਕਰੋ, ਕਰਾਓ, ਗਾਲਾਂ ਕੱਢੂਗੇ ਤਾਂ ਗਾਲਾਂ ਖਾਓ, ਬਸ ਮੈਂ ਸਿਰਫ ਇਹੀ ਗੱਲ ਕਹੀ ਸੀ। ਮੈਂ ਕੋਈ ਵਾਧਾ ਇੰਨਾ ਵੱਡਾ ਮੁੱਦਾ ਖੜਾ ਕਰਨਾ ਨਹੀਂ ਸੀਗਾ, ਮੈਂ ਉਹਦੇ 'ਤੇ ਰਿਪੋਰਟ ਜ਼ਰੂਰ ਦੇਣੀ ਸੀ, ਮੈਂ ਉਹਦੇ ਤੋਂ ਮਾਫ਼ੀ ਜ਼ਰੂਰ ਮੰਗਾਉਣੀ ਸੀਗੀ, ਇੱਕ ਸੈਲਫ ਰਿਸਪੈਕਟ ਦੇ ਕਰਕੇ ਬਿਲਕੁਲ ਮੰਗਾਉਣੀ ਹੈ ਜੀ। ਇਹ ਤਾਂ ਮੈਂ ਕੱਲ੍ਹ, ਇਹ ਤਾਂ ਤੁਸੀਂ ਹੁਣ ਸਾਰੇ ਜਣੇ ਸਵੇਰੇ ਮੀਡੀਆ ਵਾਲੇ ਆਏ ਹੋ, ਮੈਂ ਰਿਪੋਰਟ 'ਚ ਕੀ ਲਿਖਵਾ ਕੇ ਆਈ ਹਾਂ ਜਰਾ ਪੜ੍ਹ ਕੇ ਆਇਓ, ਠੀਕ ਹੈ। ASI ਸਾਹਿਬ ਦਾ ਫੋਨ ਆਇਆ ਸੀ ਨਾ, ਉਹਨਾਂ ਨੂੰ ਮੈਂ ਰਿਪੋਰਟ ਲਿਖਾਈ ਆ ਜਿਨ੍ਹਾਂ ਦੀ, ਅਤੇ ਉਹਨਾਂ ਨੂੰ ਮੈਂ ਲਿਖਵਾ ਕੇ ਆਈ ਹਾਂ ਅੱਛੇ ਤਰੀਕੇ ਦੇ ਨਾਲ। ਚਲੋ ਸਿਮਰ, ਜਾਂਦੇ ਜਾਂਦੇ ਇੱਕ ਆਖਰੀ ਸਵਾਲ, ਸਿਮਰ ਦਾ ਆਪਣਾ ਹੁਣ ਕੀ ਸੁਪਨਾ ਹੈ? ਹੁਣ ਸਿਮਰ ਫਿਊਚਰ 'ਚ ਆਪਣੇ ਆਪ ਨੂੰ ਕਿਸ ਲੇਵਲ 'ਤੇ ਦੇਖਣਾ ਚਾਹੁੰਦੀ ਹੈ? ਉਤਾਰ ਚੜਾਅ ਚੱਲਦਾ ਵੈ, ਉਤਾਰ ਚੜਾਅ ਦੇ ਵਿੱਚ ਹੀ ਸ਼ਾਇਦ ਇਹ ਇੱਕ ਇੰਸੀਡੈਂਟ ਨਿਕਲ ਕੇ ਸਾਹਮਣੇ ਆਇਆ, ਅੱਗੇ ਕੀ? ਅੱਗੇ ਤਾਂ ਜੀ ਦੇਖੋ, ਮੈਨੂੰ ਕਾਫੀ ਅੱਛੀ ਇਨਕਮ ਆਉਂਦੀ ਆ ਇਸ ਕੰਮ ਤੋਂ, ਠੀਕ ਹੈ, ਔਰ ਕਾਫੀ ਰਿਸਪੈਕਟ ਵੀ ਮਿਲਦੀ ਹੈ। ਜਿਹੜੀ ਆਹ ਗੱਲ ਚੀਜ਼ ਹੋਈ ਆ ਉਹਦਾ ਮੈਂ ਕੱਲ੍ਹ ਦਾ ਜਵਾਬ ਦੇ ਵੀ ਦਿੱਤਾ, ਹੈ ਨਾ, ਬਾਰ ਬਾਰ ਵੀ ਦੇ ਦਿੱਤਾ।
ਅਤੇ ਹਮੇਸ਼ਾ ਹੀ ਮੈਨੂੰ ਇੱਦਾਂ ਦੇ ਲੋਕ ਨਹੀਂ ਟੱਕਰਦੇ। ਮੈਂ ਤਾਂ ਇਸ ਲਾਈਨ ਦੇ ਵਿੱਚ, ਮੈਨੂੰ ਕਾਫੀ ਅੱਛੀ ਇਨਕਮ ਆਉਂਦੀ ਹੈ ਯਾਰ, ਮੈਂ ਅੱਛਾ ਕਮਾ ਰਹੀ ਹਾਂ ਔਰ ਮੈਂ ਸੈਟਿਸਫਾਈਡ ਹਾਂ ਆਪਣੀ ਲਾਈਫ ਤੋਂ। ਸਕਸੈਸਫੁਲ ਨਾਲੋਂ ਜ਼ਰੂਰੀ ਹੁੰਦੀ ਹੈ ਸੈਟਿਸਫੈਕਸ਼ਨ। ਕਈ ਵਾਰ ਬੰਦਾ ਉੱਚੀ ਚੋਟੀ 'ਤੇ ਪਹੁੰਚ ਕੇ ਵੀ ਮਨ ਸ਼ਾਂਤ ਨਹੀਂ ਹੁੰਦਾ। ਤੁਹਾਡੇ ਅੰਦਰ ਠਹਿਰਾਵ ਹੋਣਾ ਚਾਹੀਦਾ, ਤੁਹਾਡੇ ਅੰਦਰ ਇਹ ਹੋਣਾ ਚਾਹੀਦਾ ਕਿ ਬਸ ਹੋਰ ਕੁਛ ਨਹੀਂ ਚਾਹੀਦਾ। ਹੁਣ ਸਿਮਰ ਨੂੰ ਆਪਣੇ ਇਸ ਐਪੀਸੋਡ ਨੂੰ ਦੇਖਦੇ ਹੋਏ ਕੀ ਚਾਹੀਦਾ ਵਾ? ਕਿ ਇਨਸਾਫ? ਹਾਂਜੀ ਬਿਲਕੁਲ, ਇਨਸਾਫ ਤਾਂ ਚਾਹੀਦਾ ਆ, ਇਨਸਾਫ ਤਾਂ ਬਿਲਕੁਲ ਚਾਹੀਦਾ ਆ, ਕਿਉਂਕਿ ਇਹ ਤਾਂ ਭਗਤੀ 'ਚ ਵੀ ਲਿਖਿਆ ਹੋਇਆ, ਗ੍ਰੰਥਾਂ 'ਚ ਵੀ ਲਿਖਿਆ ਹੋਇਆ, ਇਨਸਾਫ ਤਾਂ ਹੋਣਾ ਹੀ ਹੋਣਾ ਹੁੰਦਾ ਆ, ਠੀਕ ਹੈ ਨਾ? ਮੁੜਨਾ ਨਹੀਂ, ਮੁੜਨਾ ਨਹੀਂ ਆ, ਇਨਸਾਫ ਤਾਂ ਬਈ ਚਾਹੀਦਾ ਆ। ਔਰ ਜਿਹੜੀ ਟੈਗ ਲਾਈਨ ਪਾਈ ਆ, ਕੀ ਪਾਈ ਸੀ? ਜਾਂਦੇ ਜਾਂਦੇ ਇੱਕ ਵਾਰੀ ਫਿਰ, ਇੱਜ਼ਤ ਕਰੂੰਗੇ ਤਾਂ ਕਰਾਉਂਗੇ, ਗਾਲਾਂ ਕੱਢੂੰਗੇ ਤਾਂ ਗਾਲਾਂ ਖਾਉਂਗੇ। ਬਿਲਕੁਲ, ਇਹ ਹੈ ਸਿਮਰ ਜਿਸ ਦੇ ਨਾਲ ਇੱਕ ਬਦਸਲੂਕੀ ਕੀਤੀ ਗਈ ਉਸ ਪ੍ਰੋਗਰਾਮ ਦੇ ਵਿੱਚ, ਜਿਸ ਪ੍ਰੋਗਰਾਮ ਦੇ 'ਚ ਇਹ ਪਰਫੋਰਮ ਕਰ ਰਹੇ ਸੀਗੇ। ਔਰ ਇਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਮੈਂ ਕਿ ਇੱਜ਼ਤ ਕਰੋਗੇ ਤਾਂ ਇੱਜ਼ਤ ਕਰਵਾਉਂਗੇ, ਨਹੀਂ ਤਾਂ ਫਿਰ ਗਾਲਾਂ ਹੀ ਖਾਓਗੇ। ਲੁਧਿਆਣਾ ਤੋਂ ਰੋਜ਼ ਗੌੜ, ਸੁਣ ਰਹੇ ਟੀਮ।